ਸ਼ਹੀਦੀ ਆਜਮ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ, ਅੱਜ ਇਹਨਾਂ ਦਾ 94ਵਾਂ ਜਿਹੜਾ ਸ਼ਹੀਦੀ ਦਿਵਸ ਜਿਹੜਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਸ਼ਰਧਾਪੂਰਵਕ ਮਨਾਇਆ ਜਾ ਰਿਹਾ। ਤਾਂ ਇਸੇ ਲੜੀ ਦੇ ਚਲਦੇ ਅੱਜ ਗੱਲ ਕੀਤੀ ਹੈ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਸ਼ਹੀਦੀ ਸਮਾਗ 'ਤੇ ਜਿਹੜਾ ਅੱਜ ਉਹਨਾਂ ਦਾ ਮੇਲਾ ਜਿਹੜਾ ਲੱਗਿਆ ਉਹਨਾਂ ਦੀ ਯਾਦ ਦੇ ਵਿੱਚ। ਤਾਂ ਤਸਵੀਰਾਂ ਦਿਖਾਉਂਦੀ ਕਰਾਂਗੇ, ਮੇਰੇ ਪਿੱਛੇ ਤੁਸੀਂ ਦੇਖ ਸਕਦੇ ਸਟੈਚੂ ਜਿੱਥੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸਟੈਚੂ ਹੈ, ਜਿੱਥੇ ਅੱਜ ਲੋਕ ਜਿਹੜੇ ਹੈ ਨਤਮਸਤਕ ਹੋਣ ਲਈ ਜਿਹੜੇ ਇੱਥੇ ਪਹੁੰਚੇ ਹੋਏ ਨੇ। ਇਸ ਤੋਂ ਪਹਿਲਾਂ ਜੇ ਗੱਲ ਕੀਤੀ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਹੈ ਸ਼ਰਧਾ ਦੇ ਫੁੱਲ ਭੇਟ ਕੀਤਾ ਗਿਆ ਫਿਰੋਜ਼ਪੁਰ ਦੇ ਜਿਹੜੇ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਰਣਬੀਰ ਸਿੰਘ ਭੁੱਲਰ ਵੱਲੋਂ ਵੀ ਜਿਹੜਾ ਇਹਨਾਂ ਨੂੰ ਜਿਹੜਾ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਆ। ਤਾਂ ਤੁਹਾਨੂੰ ਦਿਖਾ ਦਈਏ ਅੱਜ ਜਿਹੜਾ ਸ਼ਹੀਦੀ ਸਥਲ ਹੈ ਪੂਰੀ ਤਰ੍ਹਾਂ ਜਿਹੜਾ ਸਤਰੰਗੀ ਰੰਗਾਂ ਦੇ ਨਾਲ ਜਿਹੜਾ ਬਸੰਤੀ ਰੰਗ ਦੇ ਨਾਲ ਰੰਗਿਆ ਹੋਇਆ ਨਜ਼ਰ ਆ ਰਿਹਾ। ਤਾਂ ਤੁਸੀਂ ਦੇਖ ਸਕਦੇ ਹੋ ਹਰ ਤਰਫ ਜਿਹੜੀ ਹੈ ਲੋਕਾਂ ਦੀ ਜਿਹੜੀ ਹੈ ਧੁੰਮ ਦਿਖ ਰਹੀ ਹੈ ਔਰ ਸ਼ਰਧਾ ਪੂਰਵਕ ਦੇ ਨਾਲ ਜਿਹੜੇ ਹੈ ਸ਼ਹੀਦਾਂ ਨੂੰ ਜਿਹੜਾ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ। ਤਾਂ ਅੱਜ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਇੱਥੇ ਸ਼ਰਧਾ ਦੇ ਫੁੱਲ ਜਿੱਥੇ ਭਗਤ ਸਿੰਘ ਨੂੰ ਭੇਟ ਜਿਹੜੇ ਕਰਨੇ ਸੀਗੇ ਰਾਜਗੁਰੂ ਸੁਖਦੇਵ ਨੂੰ, ਪਰ ਅੱਜ ਜਿਹੜਾ ਹੈ ਕੇਜਰੀਵਾਲ ਦੀ ਜਿੱਥੇ ਦਿੱਲੀ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਜਾਣਾ ਪਿਆ, ਤਾਂ ਉਸ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਜਿਹੜੇ ਗੱਲ ਕੀਤੀ ਜਾਵੇ ਤਾਂ ਭੁੱਲਰ ਲਾਲਜੀਤ ਭੁੱਲਰ ਪਹੁੰਚ ਰਹੇ ਨੇ ਇੱਥੇ। ਤਾਂ ਉਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਕਈ ਹੋਰ ਜਿਹੜੇ ਮੰਤਰੀ ਇੱਥੇ ਪਹੁੰਚ ਰਹੇ ਨੇ। ਤਾਂ ਦੱਸ ਦਈਏ ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ ਜੀ ਦੇ ਜਿਹੜੇ ਮੇਲੇ ਲੱਗ ਰਹੇ ਨੇ, ਤਾਂ ਇਹਨਾਂ ਦੇ ਮੇਲੇ ਦੀ ਗੱਲ ਕੀਤੀ ਤਾਂ ਹੈ ਤਾਂ ਸ਼ਹੀਦੋ ਕੀ ਚਿਤਾਓਂ ਪੇ ਲੱਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ। ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਔਰ ਬੀ ਕੇ ਦੱਤ, ਇਹ ਜਿਹੜਾ ਫਿਰੋਜ਼ਪੁਰ ਦੇ ਹੁਸੈਨੀ ਵਾਲਾ 'ਚ ਸ਼ਹੀਦੀ ਸਥਲ ਹੈ। ਇਸ ਤੋਂ ਕੁਛ ਹੀ ਦੂਰੀ 'ਤੇ ਜੇ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੀ ਲਾਹੌਰ ਸੈਂਟਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਿਹੜੀ ਫਾਂਸੀ ਦਿੱਤੀ ਗਈ ਸੀ 23 ਮਾਰਚ 1931 ਨੂੰ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਇਸ ਜਗ੍ਹਾ 'ਤੇ ਲਿਆ ਕੇ ਜਿਹੜਾ ਇਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਰੀਤੀ ਰਿਵਾਜ਼ ਨਾਲ ਕੀਤਾ ਗਿਆ ਸੀਗਾ। ਤਾਂ ਤੁਹਾਨੂੰ ਅੱਜ ਤਸਵੀਰਾਂ ਦਿਖਾ ਰਿਹਾ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਸ਼ਹੀਦੀ ਸਥਲ ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਇਹ ਤੁਸੀਂ ਦੇਖ ਸਕਦੇ ਹੋ ਇਹ ਤਿੰਨਾਂ ਦਾ ਜਿਹੜਾ ਸ਼ਹੀਦੀ ਸਥਲ ਹੈ ਜਿੱਥੇ ਇਹਨਾਂ ਦੀ ਜਿਹੜੀ ਹੈ ਦੇਹ ਨੂੰ ਇੱਥੇ ਲਿਆ ਕੇ ਅੰਤਿਮ ਸੰਸਕਾਰ ਕੀਤਾ ਗਿਆ। ਤਾਂ ਅੱਜ ਉਹਨਾਂ ਦੀ ਇਹ ਜਿਹੜੇ ਸ਼ਹੀਦੀ ਸਥਲ ਹੈ ਜਿੱਥੇ ਅੱਜ ਰਣਬੀਰ ਸਿੰਘ ਭੁੱਲਰ MLA ਫਿਰੋਜ਼ਪੁਰ ਸ਼ਹਿਰੀ ਜਿਹੜੇ ਪਹੁੰਚੇ ਸੀਗੇ, ਜਿਨ੍ਹਾਂ ਨੇ ਅੱਜ ਇਹਨਾਂ ਸ਼ਹੀਦਾਂ ਨੂੰ ਜਿਹੜਾ ਫੁੱਲਮਾਲਾ ਅਰਪਣ ਕੀਤੀ ਔਰ ਪ੍ਰਸ਼ਾਸਨ ਪਹੁੰਚਿਆ, ਜਿਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਦੇ ਪਾਏ ਹੋਏ ਪੂਰਨਾਂ 'ਤੇ ਸਾਡੀ ਨੌਜਵਾਨੀ ਹੈ ਜਿਹੜੀ ਉਹ ਚੱਲਣੀ ਚਾਹੀਦੀ ਹੈ, ਤਾਂ ਕਿ ਜਿਹੜਾ ਭਗਤ ਸਿੰਘ ਦੀ ਜਿਹੜੀ ਸੋਚ ਸੀਗੀ ਉਸ ਨੂੰ ਸਾਕਾਰ ਕਰ ਸਕੀਏ। ਬਹੁਤ ਵੱਡਾ ਉਹਨਾਂ ਦੀ ਕੁਰਬਾਨੀ ਸੀ, ਦੇਸ਼ ਨੂੰ ਆਜ਼ਾਦ ਕਰਾਇਆ, ਨੌਜਵਾਨਾਂ ਦੇ ਮਾਰਗਦਰਸ਼ਕ ਨੇ ਔਰ ਉਹਨਾਂ ਕਰਕੇ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸੋ ਇਹ 94ਵਾਂ ਅੱਜ ਸ਼ਹੀਦੀ ਦਿਵਸ ਹੈ ਔਰ ਆਮ ਆਦਮੀ ਪਾਰਟੀ ਉਹਨਾਂ ਦੀ ਸੋਚ ਲੈ ਕੇ ਅੱਗੇ ਚੱਲ ਰਹੀ ਹੈ। ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਹੁਣੀ, ਸਰਦਾਰ ਭਗਤ ਸਿੰਘ ਜੀ, ਬਾਬਾ ਸਾਹਿਬ ਅੰਬੇਦਕਰ ਦੀ ਸੋਚ ਲੈ ਕੇ ਸਰਕਾਰ ਚਲਾ ਰਹੇ ਆ ਔਰ ਮੈਂ ਸਮਝਦਾ ਕਿ ਜੇ ਸ਼ਹੀਦ ਨਾ ਹੁੰਦੇ ਤਾਂ ਕੌਮਾਂ ਖਤਮ ਹੋ ਜਾਂਦੀਆਂ, ਜਿਹੜੀਆਂ ਕੌਮਾਂ ਦੇ ਵਿੱਚ ਐਸੇ ਜਾਨ ਨਿਸ਼ਾਵਰ ਕਰਨ ਵਾਲੇ ਲੋਕ ਨਾ ਹੋਣ। ਸੋ ਸ਼ਹੀਦ ਸਾਡਾ ਸਰਮਾਇਆ ਆ, ਸ਼ਹੀਦ ਸਾਡਾ ਧੰਨ ਆ, ਸ਼ਹੀਦ ਹੀ ਸਾਡਾ ਇਤਿਹਾਸ ਆ। ਸੋ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਜਗਦੀਸ਼ ਕੁਮਾਰ ਦੀ ਫੈਕਟ ਨਿਊਜ਼।